ਅਸਲਾਮ ਅਲੈਕੁਮ ਸੁਣੋ ਸੱਜਣੋ ਤੁਹਾਡੇ ਮਨ ਕੋ ਭਾਵਣ ਵਾਲਾ ਪ੍ਰੋਗਰਾਮ ਵਸੇਬ ਰੰਗ ਹਿੰਦ ਤੇ ਆਰਿਫ ਮਲਗਾਣੇ ਵਸੇਬ ਰੰਗ ਦੇਖਣ ਵਾਲੇ ਦੇਸ਼ ਪਰਦੇਸ ਬੈਠੇ ਹੋਏ ਸਭੇ ਸੱਜਣੇ ਕੋ ਮੁਹੱਬਤ ਭਰਿਆ ਸਲਾਮ ਪੇਸ਼ ਕਰਨ ਦੇ ਇਨਸ਼ਾਅੱਲਾ ਵਸਦੇ ਰਹੋ ਆਬਾਦ ਤੇ ਸ਼ਾਦ ਰਹੋ ਤੁਸੀਂ ਸੱਜਣੇ ਇਨਸ਼ਾਅੱਲਾ ਤੱਤੀ ਵਾਰ ਨਾ ਲੱਗੇ ਦੁਸ਼ਮਣ ਦਾ ਵਾਰ ਖਤਾ ਹੋਇਆ ਇਨਸ਼ਾਅੱਲਾ ਜਿੱਤ ਪੇਰ ਹੋਇਆ ਉਤ ਖੈਰ ਹੋਇਆ ਸੱਜਣੋ ਖੈਰ ਨਾਲ ਪ੍ਰੋਗਰਾਮ ਦਾ ਮੁੰਡ ਬਤੀਜ ਗਏ ਚਾਰ ਦਿਹਾੜੇ ਦੇ ਵਿੱਚ ਚਾਰ ਦਿਹਾੜੇ ਤੁਸਾਂ ਆਪਣੇ ਕਿਰਤਕਾਰ ਦੇ ਵਿੱਚ ਕੰਮ ਕਾਰਾਂ ਦੇ ਵਿੱਚ ਅਸਾਂ ਆਪਣੇ ਕਿਰਤਕਾਰ ਦੇ ਵਿੱਚ ਔਰ ਜਿੰਨੇ ਜਿੰਨੇ ਇਲਾਕਿਆਂ ਦੇ ਵਿੱਚ ਚਾਰ ਦਿਹਾੜੇ ਦੇ ਵਿੱਚ ਅਸਾਂ ਆਟਾ ਮਾਰੇ ਜਿੰਨੇ ਜਿੰਨੇ ਇਲਾਕਿਆਂ ਦੇ ਵਿੱਚ ਗਏ ਹਾਂ ਜੋ ਉਹਨੇ ਇਲਾਕਿਆਂ ਦਾ ਹਾਲ ਹਵੀਲਾ ਵੀ ਕਰੇ ਸੋ ਤਕਰੀਬਨ ਅੱਧਾ ਸਰੈਕੀ ਵਸੂੰ ਇਹਨੇ ਚਾਰ ਦਿਹਾੜਿਆਂ ਦੇ ਵਿੱਚ ਫਿਰਨ ਦਾ ਮੌਕਾ ਮਿਲੇ ਔਰ ਉਹਨੇ ਇਲਾਕਿਆਂ ਦਾ ਜ਼ਿਕਰ ਵੀ ਕਰੇ ਸੋ ਹਾਸੇਕਾਰ ਜੰਜੂ ਸ਼ਰੀਫ ਜ਼ਿਲ੍ਹਾ ਬੱਖਰ ਦਾ ਕਾਮਯਾਬ ਤਰੀਨ ਮੁਸ਼ਾਇਰੇ ਦਾ ਵੀ ਜ਼ਿਕਰ ਜ਼ਰੂਰ ਥੀ ਸੀ ਜਿਹੜਾ ਜੋ ਇੰਤਹਾਈ ਕਾਮਯਾਬੀ ਦੇ ਨਾਲ ਮੁਕੇਵੇ ਕੋ ਪੜੇ ਔਰ ਮੇਰੇ ਵਾਲੇ ਦਾ ਮੁਸ਼ਾਇਰੇ ਦਾ ਜ਼ਿਕਰ ਵੀ ਹਰੂ ਭਰੂ ਕਰੇ ਸੂੰ ਔਰ ਉਹਦੇ ਨਾਲ ਨਾਲ ਧਰਤੀ ਦੇ ਵਿੱਚ ਇੱਕ ਰਾਂਦ ਰਸ ਪਈ ਹੈ ਅਦਬੀ ਮਹਿਫਲਾਂ ਦੀ ਅਦਬੀ ਮੁਸ਼ਾਇਰ ਅਦਬੀ ਸਿਲਸਿਲੇ ਦੀ ਉਹਦੇ ਉੱਤੇ ਗਾਲ ਮੁਹਾਰ ਹਰੂ ਭਰੂ ਥੀ ਸੀ ਲੇਕਿਨ ਸਭ ਤੋਂ ਪਹਿਲੇ ਤੁਸੀਂ ਸੱਜਣੇ ਕੋ ਪ੍ਰੋਗਰਾਮ ਦੇ ਵਿੱਚ ਰੱਲਾ ਪਾਵਣ ਸਾਂਗੇ ਦੱਸਦੇ ਪਏ ਹਨ ਟੈਲੀਫੋਨ ਨੰਬਰ ਟੀਵੀ ਦੇ ਸ਼ੀਸ਼ੇ ਦੇ ਉੱਤੇ ਵੀ ਨੰਬਰ ਭਿਰਕਦਾ ਕਿਰਕਦਾ ਖੜਾ ਸੀ ਮੈਂ ਵੀ ਆਪਣੇ ਜਿਭ ਦੇ ਉੱਤੋਂ ਨੰਬਰ ਵਰਤਾ ਦੇਵਾਂ ਸਾਡਾ ਨੰਬਰ ਹੈ 0335 ਮਤਲਬ 0335 4444 0854 ਸਾਡਾ ਦੂਜਾ ਨੰਬਰ ਹੈ 0335 4444 0853 ਇਹਦੇ ਉੱਤੇ ਕਾਲ ਕਰੇ ਸੋ ਔਰ ਮਿੱਠੜੇ ਮਿੱਠੜੇ ਰੰਗ ਦੇ ਵਿੱਚ ਸਾਡੇ ਨਾਲ ਹਾਲ ਹਵੀਲਾ ਵੰਡੇ ਸੋ ਔਰ ਉਹਦੇ ਨਾਲ ਨਾਲ ਇੱਕ ਗੱਲ ਦਾ ਹਰੂ ਭਰੂ ਖਿਆਲ ਕਰੇ ਸੋ ਕਿ ਜੇ ਵੇਲੇ ਤੁਹਾਡੀ ਕਾਲ ਵਜੇ ਮਿਲ ਉਹਲੇ ਟੀ ਵੀ ਦੀ ਆਵਾਜ਼ ਕੋ ਰੱਖਣੇ ਘੱਟ ਨਾ ਤਾਂ ਤੁਹਾਡੀ ਕਾਲ ਵੈਸੀ ਘੱਟ ਇਹ ਵੀ ਮੈਂ ਆਦ ਰਹਿੰਦਾ ਕਿ ਟੀ ਵੀ ਦੀ ਆਵਾਜ਼ ਰੱਖਣੀ ਹੈ ਮੱਠੀ ਨਾ ਤਾਂ ਤੁਹਾਡੀ ਕਾਲ ਵੈਸੀ ਕੱਟੀ ਵੱਡੀ ਮੁੱਦ ਗੁਜ਼ਰ ਵੈਂਦੀ ਹੈ ਮੁੱਦ ਲੰਘ ਵੈਂਦੀ ਹੈ ਸਾਲਾਂ ਦੇ ਸਾਲ ਗੁਜ਼ਰ ਵੈਂਦੇ ਨੇ ਲੇਕਿਨ ਕਾਲ ਬੜੀ ਔਖੀ ਮਿਲਦੀ ਹੈ ਮੇਰੀ ਗੁਜ਼ਾਰਿਸ਼ ਹੋ ਸੀ ਆਪਣੇ ਸਭੇ ਸੱਜਣੇ ਕੋਲੋਂ ਕਿ ਜਿਹੜੇ ਵੇਲੇ ਕਾਲ ਮਿਲੇ ਬਿਲਕੁਲ ਮੁਹਤਾਤ ਸੀ ਕਿ ਮੁਹੱਬਤ ਦੇ ਨਾਲ ਪਿਆਰ ਦੇ ਨਾਲ ਟੀ ਵੀ ਵਾਲੇ ਪਾਸੇ ਤਵੱਜੋ ਨਾ ਦੇ ਕੇ ਸਿਰਫ ਸਾਡੀ ਗੱਲ ਦੇ ਉੱਤੇ ਤਵੱਜੋ ਕਰਕੇ ਸਾਡੇ ਨਾਲ ਮੁਹੱਬਤਾਂ ਦੀ ਰਾਂਦ ਕਰੋ ਸੇ ਸੋ ਸੱਜਣੋ ਅੱਜ ਦੇ ਮਹਿਫਿਲ ਵਾਲੇ ਪਾਸੇ ਮਹਿਫਿਲ ਕੋ ਅੱਗੋਂ ਹੀ ਟੋਰ ਦੇਣੇ ਹੈ ਲੇਕਿਨ ਉਹ ਤੋਂ ਪਹਿਲੇ ਸਰਾਇਕੀ ਅਦਬ ਦੇ ਸਭੇ ਬਣ ਕੇ ਮਹਿਫਿਲ ਦਾ ਜਿੱਥਾਂ ਹਿੱਸਾ ਬਣਦੇ ਰਹਿੰਦੇ ਹਾਂ ਮਹਿਫਿਲ ਦੇ ਮੁੱਢ ਦੇ ਵਿੱਚ ਅਸਾਂ ਬੁਝਾਰਤ ਪੈਂਦੇ ਰਹਿੰਦੇ ਹਾਂ ਕਿਉਂਕਿ ਇਹ ਸਾਡੀ ਇੱਕ ਸਰਾਇਕੀ ਅਦਬ ਦੀ ਉਹ ਵਨਕੀ ਹੈ ਜਿਹੜੀ ਇੱਕ ਦਫ਼ਾ ਬਹੁਤ ਇਨਸਾਨ ਕੋ ਕਿੱਥ ਗਿਣ ਵੈਂਦੀ ਹੈ ਔਰ ਇਨਸਾਨ ਮਜਬੂਰ ਥੀ ਵੈਂਦੇ ਆਪਣੇ ਚੇਤੇ ਦੀ ਟਿਊਨਿੰਗ ਕਰਨ ਦੇ ਉੱਤੇ ਮਜਬੂਰ ਥੀ ਵੈਂਦੇ ਜਿਵੇਂ ਕਈ ਮਸ਼ੀਨਰੀ ਦੀ ਟਿਊਨਿੰਗ ਨਾ ਕਰਾਓ ਤਾਂ ਉਹ ਮਸ਼ੀਨਰੀ ਆਹਿਸਤਾ 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 ਰਫ਼ਤਾਰਾਂ ਘਟੇਂਦੀ ਘਟਾ ਵੈਂਦੀ ਇਵੇਂ ਹੀ ਜੇਕਰ ਚੇਤੇ ਕੋ ਇੱਕ ਅੱਛੇ ਅੰਦਾਜ਼ ਦੇ ਵਿੱਚ ਨਾ ਸੋਚਿਆ ਵਜੇ ਕਿਸੇ ਗੱਲ ਕੋ ਅਤੇ ਵੱਲ ਉਹ ਗੱਲ ਭੁਲੇ ਕੇ ਇਨਸਾਨ ਭੁਲੇ ਕੜੇ ਦਾ ਸ਼ਿਕਾਰ ਥੀ ਵੈਂਦੇ ਬੁਝਾਰਤ ਸਰੈਕੀ ਅਦਬ ਦੀ ਉਹ ਵਨਕੀ ਹੈ ਜਿਹੜੀ ਇਨਸਾਨ ਕੋ ਭੁਲੇਕੜੇ ਦੀ ਬਿਮਾਰੀ ਕੋਲੋਂ ਮਹਿਫੂਜ਼ ਰੱਖੇਂਦੀ ਹੈ ਮਤਲਬ ਇਨਸਾਨ ਕੋਸ਼ਿਸ਼ ਕਰਦੇ ਕਿ ਉਹਦਾ ਜਿਹੜਾ ਚੇਤੇ ਦੀ ਉਹ ਚੇਤੇ ਦਾ ਡੰਦਾ ਉਹ ਫਿਰਕੀ ਜਿਹੜੀ ਮਤਲਬ ਇੱਕ ਯਾਦਾਸ਼ਤ ਕੋ ਤਿੱਖਾ ਕਰਦੀ ਹੈ ਯਾਦਾਸ਼ਤ ਕੋ ਮਜ਼ਬੂਤ ਕਰਦੀ ਹੈ ਜੇ ਵੇਲੇ ਉਹ ਜ਼ੰਗ ਆਲੂਦ ਥੀ ਵੈਂਦੀ ਹੈ ਅਤੇ ਇਹ ਬੁਝਾਰਤ ਹੀ ਹੈ ਜਿਹੜੀ ਵੱਲ ਇੱਕ ਦਫ਼ਾ ਉਹ ਜ਼ੰਗ ਕੋ ਅਧਰੋੜ ਕੇ ਅਤੇ ਇਨਸਾਨ ਦੇ ਚੇਤੇ ਕੋ ਸਜਾ ਕਰ ਦਿੰਦੀ ਹੈ ਔਰ ਜੇ ਵੇਲੇ ਚੇਤਾ ਸਜਾ ਹੁੰਦਾ ਤਾਂ ਇਨਸਾਨ ਬਿਲਕੁਲ ਖੁਸ਼ਹਾਲ ਹੁੰਦੇ ਨਿਹਾਲ ਹੁੰਦੇ ਔਰ ਚੇਤੇ ਅਤੇ ਜ਼ੰਗ ਦਾ ਮਤਲਬ ਇਹ ਹੈ ਕਿ ਅੰਗਰੇਜ਼ੀ ਚਾਹ ਦਿਨ ਟੈਨਸ਼ਨ ਦਾ ਸ਼ਿਕਾਰ ਹੁੰਦੇ ਇਨਸਾਨ ਅਸਾਂ ਵਸੇਬ ਰੰਗ ਨਿਰਾ ਨੁੱਛਾ ਸੱਜਣੇ ਦੇ ਬਿਲਕੁਲ ਸੱਜਣੇ ਦੇ ਦਿਲ ਦਿਮਾਗ ਕੋ ਨਿਹਾਲ ਕਰਨ ਦਾ ਪ੍ਰੋਗਰਾਮ ਹੈ ਅਤੇ ਸੱਜਣੋ ਅੱਜ ਦੀ ਮਹਿਫਿਲ ਦੇ ਮਿਜ਼ਮਾਨ ਫਨਕਾਰ ਦੀ ਸੁਝਾਉਣ ਵਾਲੇ ਪਾਸੇ ਆਸਾਂ ਮੈਂ ਤੁਹਾਡੀ ਤਰਫੋਂ ਆਪਣੀ ਤਰਫੋਂ ਵਸੇਬ ਰੰਗ ਦੀ ਪੂਰੀ ਟੋਲੀ ਤਰਫੋਂ ਸਤਿ ਬਿਸਮਿਲਾ ਸਾਂ ਸੱਜਣਾ ਵੈਨ ਅੱਖੀ ਠਰਨ ਲੰਘ ਹੈ ਅਤੇ ਅੱਜ ਸਾਡਾ ਮਾਣ ਵਧਾਇਨ ਹੈ ਸੱਜਣੋ ਨਿਤ ਨਵੇਂ ਰੰਗ ਦੇ ਨਾਲ ਆਉਂਦੇ ਹੈ ਔਰ ਅੱਜ ਕੱਲ੍ਹ ਤਾਂ ਤੁਸੀਂ ਦੇਖਦੇ ਹੋ ਫੇਸਬੁੱਕ ਦੇ ਉੱਤੇ ਵੀ ਜਿਹੜਾ ਪ੍ਰੋਗਰਾਮ ਵੀ ਅਸੀਂ ਕਰਨੇ ਹੈ ਯੂਟਿਊਬ ਦੇ ਉੱਤੇ ਉਹ ਪ੍ਰੋਗਰਾਮ ਜੜਪ ਥੀਂਦੇ ਈਮੇਲ ਸਜਾ ਸਜਾ ਵੀ ਜੇਕਰ ਤੁਹਾਡੇ ਬਿਜਲੀ ਦੀਵੇ ਬੁਝ ਵਜਨ ਸਜਾ ਸਜਾ ਪ੍ਰੋਗਰਾਮ ਵੀ ਯੂਟਿਊਬ ਦੇ ਉੱਤੇ ਦੇਖ ਸਕਦੇ ਹੋ ਵਸੇਬ ਟੈਲੀਵਿਜ਼ਨ ਦੀ ਲਾਈਵ ਟ੍ਰਾਂਸਮਿਸ਼ਨ ਲਿਖ ਕੇ ਔਰ ਮੁੰਝਾ ਬਿਲਕੁਲ ਨਹੀਂ ਥਿਉਣਾ ਇਹ ਵਸੇਬ ਟੈਲੀਵਿਜ਼ਨ ਦੀ ਇੰਤਜ਼ਾਮੀਆ ਦੀ ਤਰਫੋਂ ਤੁਸਾਂ ਸੱਜਣੇ ਵਾਸਤੇ ਇੱਕ ਬਹੁਤ ਵੱਡੀ ਬਿੱਧ ਹੈ ਮਤਲਬ ਤੋਹਫਾ ਹੈ ਕਿ ਦੀਵੇ ਬੁਝ ਵਜਨ ਅਤੇ ਬਾਅਦ ਵੀ ਰੰਝਾ ਨਹੀਂ ਥਿਉਣਾ ਮੂੰਝਾ ਨਹੀਂ ਥਿਉਣਾ ਤੁਸਾਂ ਪ੍ਰੋਗਰਾਮ ਕੋ ਦੇਖ ਸਕਦੇ ਹੋ ਔਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮੈਂ ਬਿਲਕੁਲ ਬਰਾਹ ਰਾਸਤ ਨਸ਼ਰੀਆਤ ਦੇ ਵਿੱਚ ਹੀ ਗੱਲ ਕਰਨ ਦਾ ਬੈਠਾ ਕਿ ਇਸ ਰਹਿ ਕੀ ਧਰਤੀ ਕੋ ਹੀ ਇਜ਼ਾਜ਼ ਹਾਸਿਲ ਹੈ
ਸਰੈਕੀ ਵਸੂ ਦੇ ਨੁਮਾਇੰਦਾ ਚੈਨਲ ਵਸੇਬ ਟੈਲੀਵਿਜ਼ਨ ਕੋ ਇਜਾਜ਼ ਹਾਸਿਲ ਹੈ ਕਿ ਦੁਨੀਆ ਦੇ ਵਿੱਚ ਈ ਰਫਤਾਰ ਦੇ ਨਾਲ ਈ ਰਫਤਾਰ ਦੇ ਨਾਲ ਕਿਸੇ ਵੀ ਕਮਿਊਨਿਟੀ ਦੇ ਕਿਸੇ ਵੀ ਚੈਨਲ ਕੋ ਚੈਨਲ ਦੇ ਉੱਤੇ ਈ ਰਫਤਾਰ ਦੇ ਨਾਲ ਆਰਟਿਸਟਾਂ ਕੋ ਸੁਝਾਪੂਰਾਂ ਨਹੀਂ ਬਖਸ਼ਿਆ ਜਾਂਦਾ ਈ ਰਫਤਾਰ ਦੇ ਨਾਲ ਫਨਕਾਰਾਂ ਕੋ ਅਜਿਹੀ ਹਾੜੇ ਨਵੇਂ ਫਨਕਾਰ ਦੇ ਨਾਲ ਕਿਤੇ ਵੀ ਤੁਹਾਨੂੰ ਇਹ ਰੰਗ ਦਿਸਣ ਕੋ ਨਾ ਮਿਲ ਸੀ। ਇਹ ਵਹਿਦ ਰੰਗ ਸਿਰਫ ਵਸੇਬ ਰੰਗ ਹੀ ਹੈ ਜਿਹੜਾ ਆਪਣੀ ਧਰਤੀ ਦੇ ਆਪਣੀ ਬੋਲੀ ਦੀ ਮਿਠਾਸ ਨੂੰ ਸੋਹਣੇ ਰੰਗ ਦੇ ਵਿੱਚ ਤੁਸੀਂ ਸੱਜਣੇ ਤੱਕ ਪੁਜਾਵਣ ਸਾਂਗੇ ਇੱਕ ਰੰਗ ਹੈ ਜਿਹਦਾ ਨਾਂ ਹੈ ਵਸੇਬ ਰੰਗ। ਅੱਜ ਦੇ ਵਸੇਬ ਰੰਗ ਦੇ ਮਿਜ਼ਮਾਨ ਫਨਕਾਰ ਦਾ ਤਾਲੁਕ ਜਤੋਈ ਜ਼ਿਲ੍ਹਾ ਮੁਜ਼ੱਫਰਗੜ੍ਹ ਦੇ ਨਾਲ ਹੈ ਔਰ ਸੋਹਣਾ ਮਿੱਠੜਾ ਮਨ ਭਾਵਣਾ ਨਾਂ ਹੈ ਸਜਾਦ ਹੁਸੈਨ ਸਾਂਵਲ ਸਿੰਘ। ਸਤਿ ਬਿਸਮਿਲਾ ਦੇ ਅਸਲਾਮ ਅਲੈਕੁਮ ਸਿੰਘ, ਕਿਆ ਹਾਲ ਹੈ ਸਾਂਵਲ ਸਿੰਘ? ਖੈਰੀਅਤ ਠੀਕ ਠਾਕ? ਇਲਾਕਾ ਠੀਕ ਹੈ ਸੀ? ਕਿਵੇਂ ਰਣੀ ਛਣੀ ਲੋਕ ਰਹਿੰਦੇ ਪੈਣ ਸੀ? ਜੇਠਾਂ ਰਹੀ ਜ ਗਏ ਤੇ ਹੁਣ ਵੀ ਮਤਲਬ ਜਿੱਥੇ ਕਪਾਹ ਛਪਾ ਦਿੱਤੀ ਲਿਖਣ, ਮੈਂ ਵੀ ਦੂਤਰਾ ਜੀ ਮਾਰਾ ਆਪਣਾ ਕਣਕਾਂ ਛਣਕਾ ਥੋੜ੍ਹੀ ਜਿਹੀ ਰਹਿ ਗਈ, ਬਾਕੀ ਅੱਜ ਖੈਰ ਨਾਲ ਕਣਕ ਗੱਡ ਕੇ ਆ ਗਏ, ਰਹਾ ਕੇ ਆ ਗਏ, ਬਾਕੀ ਬਿਲਕੁਲ ਸਭ ਖੈਰ ਖੈਰੀਅਤ। ਸੱਜਣੋ ਸਜਾਦ ਹੁਸੈਨ ਸਾਂਵਲ ਸਿੰਘ ਦੇ ਨਾਲ ਅੱਜ ਜਿਹੜੇ ਸੱਜਣ ਸੰਗਤ ਕਰੇ ਸਨ, ਉਹਨੇ ਸੁਝਾਣ ਕਰਵਾਉਂਦੇ ਪਏ, ਵਸੇਬ ਦੀ ਰੀਤ ਕੋ ਨਿਭਾਉਂਦੇ ਪਏ ਹੈ, ਤਬਲੇ ਦਾ ਵਰਤਾਵਾ ਵਰਤਣ ਸੰਗੇ ਸਾਡੇ ਨਾਲ ਅੱਜ ਮੌਜੂਦ ਹਨ ਸੋਹਣਾ ਸੱਜਣ ਰਿਆਜ਼ ਹੁਸੈਨ ਰਿਆਜ਼ ਔਰ ਢੋਲਕ ਦੀ ਰਾਂਦ ਕੁੱਠੇ ਸੀ ਸੋਹਣਾ ਸੱਜਣ ਵਾਜਦ ਅਲੀ ਔਰ ਖੰਜਰੀ ਦਾ ਵਰਤਾਵਾ ਵਰਤਣ ਸੰਗੇ ਹਾਏ ਹਾਏ ਖੰਜਰੀ ਵੱਜਸੀ ਨਾਲ ਇੱਕ ਰਾਂਝੇ ਦਾ ਇਵੇਂ ਰੰਗ ਤੁਹਾਨੂੰ ਦਿਸਣ ਕੋ ਮਿਲ ਸੀ ਔਰ ਖੰਜਰੀ ਦਾ ਵਰਤਾਵਾ ਵਰਤੇ ਸੀ ਜਾਮ ਰਾਂਝੂ ਅਤੇ ਸੱਜਣੋ ਇਹ ਸੋਹਣੇ ਜਿਹੇ ਕਲਾਮ ਦੇ ਨਾਲ ਬਲਕਿ ਕਲਾਮ ਮੈਂ ਪੇਸ਼ ਕਰੇ ਸਾਂ ਕਾਫੀ ਦਿਮਾਗ ਕੋਲੋਂ ਇਕਬਾਲ ਸੋਕੜੀ ਸਾਹਿਬ ਦੇ ਕਲਾਮ ਦੀ ਫਰਮਾਇਸ਼ ਆਈ ਅੱਜ ਉਹਨਾਂ ਦੇ ਕਲਾਮ ਦੇ ਨਾਲ ਹੀ ਸੁਰੇਂ ਕੋ ਛੀੜੇ ਸੂੰ ਅਸਾਂ ਸੁਰੀਲੇ ਰੰਗ ਕੋ ਅੱਗੋਂ ਹੀ ਟੋਰ ਬਖਸ਼ੇ ਸੂੰ ਇਹ ਸੋਹਣੀ ਮਹਿਫਿਲ ਜਾਰੀ ਹੈ ਸਾਡੀ ਨਿਕੜੇ ਜਿਹੇ ਬ੍ਰੇਕ ਦੇ ਉੱਤੇ ਤਿਆਰੀ ਹੈ ਵਲਦੇ ਪਏ ਮਿਜ਼ਬਾਨ ਫਨਕਾਰ ਦੀ ਸੁਰੇਂ ਕੋ ਛੇੜਨ ਦੀ ਵਾਰੀ ਅਸੀਂ ਤੁਹਾਡੇ ਕੋਲ ਵਿੱਚ ਮੰਗਦੇ ਹਾਂ ਜੀ। ਸੱਜਣੋ ਬ੍ਰੇਕ ਮੁੱਕ ਗਈ, ਅਸਾਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਥੀ ਗਏ ਸੀ। ਬੁਝਾਰਤ ਮੈਂ ਪਾ ਦੇਵਾਂ ਦਰਖਾਣ ਲਾਵੇ ਚੱਪਰਾਂ ਲੁਹਾਰ ਲਾਵੇ ਮੇਖਾਂ ਉਹ ਵੀ ਹਥੋੜੇ ਦੇ ਨਾਲ ਹਾਏ ਹਾਏ ਦਰਖਾਣ ਲਾਵੇ ਚੱਪਰਾਂ ਲੁਹਾਰ ਲਾਵੇ ਮੇਖਾਂ ਤੂੰ ਬੁਝ ਤਾਂ ਮੈਂ ਦੇਖਾਂ ਇਹ ਵੀ ਅੱਜ ਦੀ ਬੁਝਾਰਤ ਬਲਾ ਪਾ ਦੇਵਾਂ ਦਰਖਾਣ ਲਾਵੇ ਚੱਪਰਾਂ ਲੁਹਾਰ ਲਾਵੇ ਮੇਖਾਂ ਤੂੰ ਬੁਝ ਤਾਂ ਮੈਂ ਦੇਖਾਂ ਇਹ ਵੀ ਬੁਝਾਰਤ ਅੱਜ ਦੀ ਮਹਿਫਿਲ ਦੇ ਪਹਿਲੇ ਸੱਜਣ ਜਾਏ ਸਗੋਂ ਜਿਹੜੇ ਗੱਲ ਕਰਨ ਚਾਹੁੰਦੇ ਪੈਣ ਘੰਟੀ ਕੀਤੀ ਨੇ ਟਲੀ ਖੜਕਾਈ ਨੇ ਅੰਗਰੇਜ਼ੀ ਚੱਕ ਸੋ ਟੈਲੀਫੋਨ ਕੀਤੇ ਨੇ ਦੇਦੇ ਹੈ ਕੌਣ ਸਾਡੇ ਨਾਲ ਅਸਲਾਮ ਅਲੈਕੁਮ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਆਰੇ ਭਾਈ ਕੀ ਹਾਲ ਹੈ ਖਰੀਅਤ ਹੈ ਅੱਲਾ ਦਾ ਸ਼ੁਕਰ ਹੈ ਸੀ ਜ਼ਰਾ ਉੱਚਾ ਲਓ ਵਾਲੇਕੁਮ ਸਲਾਮ ਕੀ ਹਾਲ ਹੈ ਯਾਰ ਭਾਈ ਖਰੀਅਤ ਹੈ ਲਾਲਾ ਜੀ ਜੀ ਕਿਆ ਫਰਮਾਇ ਰਹੇ ਹਾਂ ਬਿਸਮਿਲ੍ਲਾ ਸਿੰਘ ਤੁਹਾਡੀ ਹੁਣ ਆਵਾਜ਼ ਆਉਂਦੀ ਪਈ ਸੀ ਆਪਣਾ ਸੁਣ ਜੀ ਜੀ ਅਸੀਂ ਕੀ ਹਾਲ ਹੈ ਖਰੀਅਤ ਹੈ ਬਿਲਕੁਲ ਠੀਕ ਠਾਕ ਸੀ ਆਪਣਾ ਨਾਂ ਦੱਸੇ ਸੋ ਜੋ ਤੋਂ ਮਾਸਟਰ ਸੁਦਾਵ ਸਾਹਿਬ ਨਾਲ ਲੱਗ ਗਿਆ ਜੋ ਵੀ ਜੋ ਲਾਲਾ ਜੀ ਰੋ ਵੀ ਜੋ ਜੇ ਤੋ ਟੀਵੀ ਕੋਲ ਦੂਰ ਥੀ ਅਸੋ ਤੁਹਾਡੀ ਸਾਰੀ ਗਾਲ ਚੰਗੀ ਥੀ ਸੀ ਤੁਸੀਂ ਬਸ ਟੀਵੀ ਵਾਲੇ ਪਾਸੇ ਤੱਕਦੇ ਪਏ ਮਿਹਰਬਾਨੀ ਕਰੋ ਉਡੇ ਤਵੱਜੋ ਨਾ ਦਿਓ ਜੀ ਅਸੀਂ ਜੀ ਅਭੀ ਖਰੀਅਤ ਹੈ ਮੈਂ ਟੀਵੀ ਤੋਂ ਦੂਰ ਚ ਰਹਾ ਸਾਵਾ ਸਹੀ ਕਰਨੇ ਸਭ ਕੁਝ ਫਰਮਾਇਸ਼ ਹੈ ਮੇਰਾ ਦੋ ਲੰਮੇ ਦਾ ਸੀ ਇਹ ਪ੍ਰੋਗਰਾਮ ਹੈ ਠੀਕ ਹੈ ਸੀ ਤੁਸੀਂ ਬਾਤ ਵੀ ਸਾਡੀ ਗੱਲ ਨਹੀਂ ਮੰਨੀ ਟੀਵੀ ਦੇ ਚ ਵਾਲਾ ਗਏ ਖੜੇ ਹੋ ਦੇ ਖੜੇ ਹੋ ਤੁਹਾਡੀ ਫਰਮਾਇਸ਼ ਸਾਰੇ ਤੱਕ ਪਹੁੰਚ ਗਈ ਮੇਰਾ ਯਾਰ ਲੰਮੇ ਦਾ ਮੇਰਾ ਪਿਆਰ ਲੰਮੇ ਦਾ ਬੜੀ ਮਿਹਰਬਾਨੀ ਸੀ ਬਹੁਤ ਬਹੁਤ ਸ਼ੁਕਰੀਆ ਜਿੱਥ ਖੋਲੇ ਹਨ ਮੈਂ ਆਪਣੀ ਵਸਤੀ ਗਿਆ ਅਤੇ ਮੈਂ ਕੋਈ ਇਕਬਾਲ ਸੋਕੜੀ ਦਾ ਜੋ ਡੋੜਾ ਯਾਦ ਹੈ ਮੈਂ ਕਿ ਪ੍ਰੋਗਰਾਮ ਦੇ ਵਿੱਚ ਜ਼ਰੂਰ ਬਣ ਕੇ ਪੜ੍ਹਸਾਂ ਜਿੱਥਾਂ ਜਿਹੜੀ ਵਸਤੀ ਕਈ ਜ਼ਮਾਨੇ ਵਸੂ ਆਈ ਅੱਜ ਉੱਥਾਂ ਉਹ ਵਸਤੀ ਇਵੇਂ ਖੰਡਰਾਤ ਦੇ ਵਿੱਚ ਤਕਰੀਬਨ ਤਬਦੀਲ ਥੀ ਗਈ ਲੇਕਿਨ ਉਹ ਵਸਤੀ ਤਾਂ ਖੰਡਰਾਤ ਹੀ ਜ਼ਰੂਰ ਤਬਦੀਲ ਥਈ ਹੈ ਲੇਕਿਨ ਉਹ ਵਸਤੀ ਦੇ ਵਾਸੀ ਮਾਸ਼ਾਅੱਲਾ ਈ ਟਾਈਮ ਮੁਲਕੀ ਤਰੱਕੀ ਦੇ ਵਿੱਚ ਇੱਕ ਅਹਿਮ ਤਰੀਨ ਕਿਰਦਾਰ ਅਦਾ ਕਰਦੇ ਪੈਣ 300 ਘਰ ਦੀ ਵਸਤੀ ਔਰ ਕਈ ਘਰ ਦਾ ਕੋਈ ਐਸਾ ਨੌਜਵਾਨ ਇਨਸਾਨ ਕੋਈ ਜਿਹੜਾ ਕਮ ਅਜ਼ ਕਮ BA ਪਾਸ ਨਾ ਹੋਵੇ MA ਨਾ ਹੋਵੇ
ਪਤਾ ਨਹੀਂ ਗਿਣਤੀ ਗਿਣਤੀ ਕਰਦੇ ਵਜੋਂ ਤਾਂ ਪਤਾ ਨਹੀਂ ਕਿਤਨੇ ਡਾਕਟਰ ਉੱਥੋਂ ਦੇ ਇੰਜੀਨੀਅਰ ਮੁਲਕੀ ਤਰੱਕੀ ਦੇ ਵਿੱਚ ਇੱਕ ਅਹਿਮ ਕਿਰਦਾਰ ਹੈ। ਉਹ ਮਕਾਨ ਤਾਂ ਖੰਡਰਾਤ ਸੀ ਗਏ ਲੇਕਿਨ ਮਾਸ਼ਾਅੱਲਾ ਮੁਖਤਲਿਫ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਘਰਾਂ ਦੇ ਵਿੱਚ ਵੱਡੇ ਵੱਡੇ ਮਹੱਲਿਆਂ ਦੇ ਵਿੱਚ ਵੱਡੇ ਵੱਡੇ ਗੱਜਾਂ ਉਹਨੇ ਕੋਲ ਅਲਹਮਦੁਲਿਲਾ। ਅਤੇ ਲੇਕਿਨ ਇਹ ਕਿ ਉੱਥਾਂ ਉਹ ਯਾਦਾਂ ਕਰੇ ਹੀ ਨਹੀਂ ਮਿਟਦਾ ਰਾਜਾਂ ਕਿ ਜਿੱਥ ਖੋਲੇ ਹਨ ਇੱਥ ਝੋ ਖਾਈ ਪਈ, ਇੱਥ ਟੰਗਣੇ ਹਨ ਇੱਥ ਟਾਵੇਂ ਹਨ। ਮੈਂ ਟੰਗਣੇ ਦਾ ਵੀ ਦੱਸੇ ਸਾਂ ਕਿਆ ਹੁੰਦੇ, ਟਾਵੇਂ ਦਾ ਵੀ ਦੱਸੇ ਸਾਂ ਕਿਆ ਹੁੰਦੇ। ਜਿੱਤ ਖੋਲੇ ਹਨ ਇੱਥ ਝੋਕ ਆਈ ਪਈ, ਇੱਥ ਟੰਗਣੇ ਹਨ ਇੱਥ ਟਾਵੇਂ ਹਨ, ਇੱਥ ਜਾਲ ਦੀ ਘਾਟੀ ਛਾਂ ਆਈ ਪਈ, ਇੱਥ ਬੇਰੀ ਹੇਠ ਕਣਾਵੇਂ ਹਨ। ਉਹ ਬਕਸਾ ਰੁਲ ਗਏ ਜਹਿੰਦੇ ਵਿੱਚ ਤੇਰੇ ਸਾਂਵਲ ਸੂਟ ਰਖਾਵੇਂ ਹਨ। ਤੂੰ ਗਈ ਇਕਬਾਲ ਤਾਂ ਮੋਏ ਪਏ ਹੈ, ਤੂੰ ਗਈ ਇਕਬਾਲ ਤਾਂ ਮੋਏ ਪਏ ਹੈ, ਜਿਹੜੇ ਸਾਹ ਹਨ ਸਹੀ ਦੇ ਨਾਵੇਂ ਹਨ। ਆਓ ਮਿਜ਼ਮਾਨ ਫਨਕਾਰ ਕੋਲੋਂ ਅੱਜ ਦੀ ਮਹਿਫਿਲ ਦਾ ਪਹਿਲਾ ਮਿੱਠੜਾ ਸੁਰੀਲਾ ਅਤੇ ਮਨ ਭਾਵਣਾ ਰੰਗ ਸੁਣਦੇ ਹੈ। ਉਹਦੇ ਬਾਅਦ ਮੈਂ ਦੱਸੇ ਸਾਂ ਕਿ ਟੰਗਣਾ ਕਹਿ ਕੁਆਦਨ, ਟਾਵਾਂ ਕਹਿ ਕੁਆਦਨ, ਰਖਾਵੇਂ ਸੂਟ ਕਹਿ ਕੁਆਦਨ, ਬਕਸਾ ਕਹਿ ਕੁਆਦਨ, ਇਹ ਸਾਰੇ ਰੰਗਾਂ ਨੂੰ ਤਾਂ ਸੀ ਗਾਲ, ਲੇਕਿਨ ਪਹਿਲੇ ਸੁਣਦੇ ਪਏ ਸਜਾਦ ਸਾਂਵਲ ਸਿੰਘ ਕੋਲ। ਜਿਹੜਾ ਰੋਵਣ ਮੇਰੇ ਗੱਲ ਪਾ ਗਈ, ਉਹ ਜਿਹੜਾ ਰੋਵਣ ਮੇਰੇ ਵਿਸਿਆ ਗੱਲ ਪਾ ਗਈ, ਕਮ ਜ਼ਰਫ ਸਮਾਜ ਦਾ ਕਿਆ ਪੁੱਛਦੀ, ਕਿਆ ਪੁੱਛਦੀ ਰਾਤ ਦੀ ਪਰਨੀ ਦਾ, ਮੇਰੇ ਸਹੀ ਸਿਰ ਤਾਜ ਦਾ ਕਿਆ ਪੁੱਛਦੀ, ਕਹੀਂ ਵਸਦੇ ਮੁਲਕ ਦੀ ਮਲਕਾ ਹਮੇ, ਕਿਵੇਂ ਹਾਮੀ ਰਾਜ ਦਾ ਕਿਆ ਪੁੱਛਦੀ, ਗਮ ਖਾਰ ਰੁਲੀ ਹਾਰੇ ਤੂੰ ਤੇ ਮੇਰੇ ਰੁਲ ਗਏ ਦਾਜ ਦਾ ਕਿਆ ਪੁੱਛਦੀ, ਕਿਆ ਪੁੱਛਦੀ ਵੇ ਯਾਰਾ ਹਾਲੇ ਦਾ, ਮੇਰਾ ਉਜੜਿਆ ਘਰ ਕਈ ਸਾਲੇ ਦਾ, ਕਿਆ ਪੁੱਛਦੀ ਵੇ ਯਾਰਾ
ਨਿਕਲੇ ਜੇ ਬ੍ਰੇਕ ਤੇ ਜੁਲਦੇ ਪਏ ਹੈ ਤੁਹਾਡੀ ਖਿਦਮਤ ਵਿੱਚ ਵਾਲ ਥੀਨੇ ਹਾਜ਼ਰ ਜੀ ਪਿਆਰੇ ਸੱਜਣੋ ਬ੍ਰੇਕ ਮੁੱਕੀ ਅਸਾਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਥੀ ਗਏ ਸੀ ਨਵੀਦ ਸਿਆਲ ਸੀ ਵਸੀਮ ਸਿਆਲ ਅਮਾਨੁੱਲਾ ਮਾਛੀ ਯੂਸਫ ਮਸਤੋਈ ਸੀ ਦੁਬਈ ਤੋਂ ਪ੍ਰੋਗਰਾਮ ਪਸੰਦ ਕਰਨ ਅਬਦੁਲ ਕਦੀਰ ਸਾਂਘੀ ਸਾਹਿਬ ਤੌਕੀਰ ਅਹਿਮਦ ਜਾਨੀ ਸੀ ਤੌਂਸਰ ਸ਼ਰੀਫ ਤੋਂ ਔਰ ਮੁਹੰਮਦ ਅਨਸਰ ਅਬਾਸ ਜਤੋਈ ਸਾਹਿਬ ਇਮਤਿਆਜ਼ ਅਹਿਮਦ ਜਤੋਈ ਸੀ ਜਤੋਈ ਸ਼ਹਿਰ ਤੋਂ ਜਾਮ ਜ਼ਫਰ ਅਲੀ ਮਾੜਾ ਜ਼ੇਲਦਾਰ ਸੀ ਮਾੜਾ ਸ਼ਹਿਰ ਤੋਂ ਪ੍ਰੋਗਰਾਮ ਪਸੰਦ ਕਰਨ ਔਰ ਵਕਾਸ ਬੁਗਲਾਣੀ ਸੀ ਹਾਸ਼ਿਮ ਕਾਲੋਨੀ ਲੋਰਲਾਈ ਤੋਂ ਉਮੇਰ ਯਾਦਗਾਰ ਅਲੀ ਖਾਨ ਕੋਇਟੇ ਤੋਂ ਪ੍ਰੋਗਰਾਮ ਦਾ ਹਿੱਸਾ ਬਣਨ ਔਰ ਈਮੇਲ ਸੱਜਣ ਸੱਜੇ ਸੱਜੇ ਰੰਗ ਟੈਲੀਫੋਨ ਲਾਈਨ ਤੇ ਮੌਜੂਦ ਹੈ ਸਤਿ ਬਿਸਮਿਲ੍ਲਾ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਅੱਲਾਹ ਦਾ ਸ਼ੁਕਰ ਹੈ ਸੋਹਣਾ ਵੀਰਾ ਆਪਣਾ ਨਾਂ ਦੱਸੋ ਨਵਾਂ ਰੰਗ ਸਹੀ ਕਈ ਵੇਲੇ ਬੇਟ ਦਾ ਰੰਗ ਕਈ ਵੇਲੇ ਬੰਨੀ ਦਾ ਰੰਗ ਕਈ ਵੇਲੇ ਦਮਾਨ ਦਾ ਰੰਗ ਕਈ ਵੇਲੇ ਰੋਹ ਦਾ ਰੰਗ ਕਈ ਵੇਲੇ ਰੋਹੀ ਦਾ ਰੰਗ ਕਈ ਵੇਲੇ ਥਲ ਦਾ ਰੰਗ ਕਈ ਵੇਲੇ ਬਰੂਨ ਦਾ ਰੰਗ ਕਈ ਵੇਲੇ ਮਤਲਬ ਪੋਠਵਾਰ ਦਾ ਰੰਗ ਪੂਰੇ ਪਾਕਿਸਤਾਨ ਦਾ ਰੰਗ ਰਲਦਾ ਨਾ ਫਰਮੈਸ਼ ਜੀ ਸੀ ਇਹ ਆਦਮ ਖਾਨ ਲਿਸ਼ਾਰੀ ਹਾਜੀ ਉਮਰ ਗਾਂਧੀ ਮਲਿਕ ਮੁਸਤਫਾ ਚਿੰਜੜੀ ਦੀ ਫਰਮੈਸ਼ ਕਿ ਕਹਿ ਲੈ ਤਾਲਬ ਕੋ ਸੱਡੋ ਉਹ ਕੋ ਕਹਿ ਲੈ ਕੋ ਚੜਾਓ ਚਤਨ ਤੁਹਾਡਾ ਤਾਲਬ ਨਾਲ ਰਾਬਤਾ ਹੋ ਸੀ ਇਹ ਗੱਲ ਤਾਲਬ ਕੋ ਤੁਸਾਂ ਚ ਕਰੋ ਜ਼ਰਾ ਉਹਦੇ ਪੁੱਤਰ ਨਾਲ ਮੇਰੀ ਕਈ ਦਫਾ ਗੱਲ ਥਈ ਹੈ ਮੈਂ ਕਿ ਬਜ਼ੁਰਗ ਕੋ ਘੇਨਾ ਆਪ ਹੀ ਟਾਈਮ ਕੱਢੋ ਆਪ ਹੀ ਪੂਰਾ ਕਰ ਛੋੜਿਆ ਹਾਜੀ ਗਫੂਰ ਲਸਕਾਣੀ ਸਾਹਿਬ ਆਸਮਾ ਖਾਨ ਮੁਲਤਾਨ ਤੋਂ ਮਲਿਕ ਰਿਆਜ਼ ਜਤੋਈ ਤੋਂ ਔਰ ਮਹਿਵੇਸ਼ ਖਾਨ ਲਾਹੌਰ ਤੋਂ ਪ੍ਰੋਗਰਾਮ ਪਸੰਦ ਕਰਨ ਮਲਿਕ ਅਬਾਸ ਰਹੀ ਸੀ ਔਰ ਸਾਬਿਰ ਹਸਨ ਸਾਬਿਰ ਸਾਹਿਬ ਸਾਰੀ ਧਰਤੀ ਦੇ ਖੂਬਸੂਰਤ ਫਨਕਾਰ ਹਨ ਮਲਿਕ ਏਜਾਜ਼ ਬਗੜਾ ਸੀ ਮਲਿਕ ਰਿਆਜ਼ ਬਗੜਾ ਸੀ ਵਸਤੀ ਬਗੜਾ ਤੋਂ ਬਿਲਾਲ ਅਰਾਈ ਮਲਿਕ ਯੂਸਫ ਅਰਾਈ ਮਲਿਕ ਅਸਲਮ ਅਰਾਈ ਖੁਦਾ ਬਾ ਚੰਨਣ ਅਖਤਰ ਹੁਸੈਨ ਸਾਕੀ ਸੀ ਜਤੋਈ ਤੋਂ ਪ੍ਰੋਗਰਾਮ ਦਾ ਹਿੱਸਾ ਬਣਨ ਔਰ ਅਬਦੁਲ ਰਜ਼ਾਕ ਦ੍ਰਿਸ਼ਕ ਸੀ ਰਾਜਨਪੁਰ ਤੋਂ ਕਾਰੀ ਸਈਦ ਅਹਿਮਦ ਐਡਵੋਕੇਟ ਸੀ ਸ਼ੈਦਾਨੀ ਸ਼ਰੀਫ ਤੋਂ ਉਸਤਾਦ ਗੁਲਾਮ ਫਰੀਦ ਅਰਾਈ ਸੀ ਪ੍ਰੋਗਰਾਮ ਪਸੰਦ ਕਰਨ ਉਸਤਾਦ ਰਾਂਝੂ ਵਾਹ ਲਾਲਾ ਰਾਂਝੂ ਕਮਾਲ ਕਰ ਲਿੱਤੀ ਇਹ ਵੇਲੇ ਤੱਕ ਸੁਜਾਕ ਰੰਗ ਮਹਿਫਿਲ ਦੇ ਚਸਟ ਬੈਠੇ ਮਲਿਕ ਮਨਜ਼ੂਰ ਅਹਿਮਦ ਏਡੀ ਸ਼ਾਹਬਾਜ਼ ਸਿੰਘ ਜਤੋਈ ਤੋਂ ਸ਼ਕੀਲ ਅਹਿਮਦ ਸਿੰਘ ਜਤੋਈ ਤੋਂ ਕੇਬਲ ਆਪਰੇਟਰ ਕੇਬਲ ਵਾਲੇ ਭਰਾਵੋ ਮੁਹੱਬਤਾਂ ਵਾਹ ਵਾਹ ਔਰ ਵੇਲਾ ਸਜਣੋ ਹੇਵੇ ਛੋਟੇ ਜਿਹੇ ਬ੍ਰੇਕ ਦਾ
ਬ੍ਰੇਕ ਦੇ ਬਾਅਦ ਤੁਹਾਡੀ ਖਿਦਮਤ ਵਿੱਚ ਵਾਲ ਥੀਨੇ ਹਾਜ਼ਰ। ਜੀ ਪਿਆਰੇ ਸਜਣੋ, ਬ੍ਰੇਕ ਮੁੱਕੇ ਵੀ ਕਪੜੀ ਹੈ, ਦੂਜੇ ਘੰਟੇ ਦੀ ਨਸ਼ਰੀਆਤ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਸੀਗੇ ਸੇ। ਨੰਬਰ ਇੱਕ ਦਫ਼ਾ ਦੱਸਾ ਦੇਵਾਂ, 0335-4444-8544, ਦੂਜਾ ਨੰਬਰ 0335-4444-8543। ਅੱਜ ਦੀ ਅਸਾਂ ਬੁਝਾਰਤ ਪਾਤੀ ਹੈ, ਦਰਖਾਣ ਲਾਵੇ ਚੱਪਰਾਂ, ਲੁਹਾਰ ਲਾਵੇ ਮੇਖਾਂ, ਤੂੰ ਬੁਝ ਤੇ ਮੈਂ ਦੇਖਾਂ। ਅੱਜ ਦੀ ਮਹਿਫਿਲ ਦੇ ਸਾਰੇ ਮਿਜ਼ਮਾਨ ਫਨਕਾਰ ਸੱਜਾਦ ਹੁਸੈਨ ਸਾਂਵਲ ਸਿੰਘ ਹਨ, ਜਿਨ੍ਹਾਂ ਦਾ ਤਾਲੁਕ ਜਤੋਈ ਜ਼ਿਲ੍ਹਾ ਮੁਜ਼ੱਫਰਗੜ੍ਹ ਦੇ ਨਾਲ ਹੈ। ਔਰ ਸੱਜਣੋ, ਅਵਲ ਈ ਵੇਲੇ ਸੱਜਾਦ ਸਾਂਵਲ ਸਿੰਘ ਕੋਲੋਂ ਸੁਣਦੇ ਪਏ ਸੋਹਣਾ ਜਿਹਾ ਗਾਉਣਾ, ਤੁਹਾਡੇ ਨਾਵੇਂ ਕਰਦੇ ਪਏ। ਤੇਰੀ ਮੂਝ ਕੋਲੋ ਸਮਰਦੇ ਇੱਕ ਵਾਰ ਦੀਦਾਰ ਕਰਾ ਚੀਰੋ ਰੋ ਨਹੀਂ ਨਗਾਰੀ ਗਿਨੀ ਉਹ ਮੇਰੇ ਰੋ ਚਲਾ ਸਾਬਰ ਪਾਰ ਕੁਰੰਗ ਲਗਨੀ ਉਰਵਾਰ ਦੋ ਫੇਰਾ ਪਾਵਨ ਸਿੱਖੋਦੀ ਕੋਈ ਕਹਿੰਦੇ ਘਰ ਵੇਂਦਾ ਏ ਅੱਗੋਂ ਪਾਣੀ ਦਾ ਨਾ ਪੁੱਛੇ ਬੰਦਾ ਮਾਰੇ ਵੇਂਦਾ ਏ ਅੱਗੋਂ ਪਾਣੀ ਕੋਈ ਨਾ ਪੁੱਛੇ ਬੰਦਾ ਮਾਰੇ ਵੇਂਦਾ ਏ ਸਿੱਖੋਦੀ ਖਾਰ
ਰਿਵਾਇਤੀ ਗਾਉਣਾ ਸੁਣਿਆ ਯਕੀਨਨ ਤੱਕ ਬਹੁਤ ਚੰਗਾ ਲੱਗਾ ਸੀ। ਅੱਛਾ ਲਾਲਾ ਕਿਤਨਾ ਸਾਥੀ ਕੇ ਮੌਸੀਕੀ ਕਰਨ ਨੇ ਤਕੀਸ਼ ਸੀ 2002 ਕਨ ਉਹ ਤਰੀਕਾ ਬਾਲ ਹੋਸੇ ਤੋ ਤਾਂ ਜੀ ਕਿਵੇਂ ਸ਼ੌਕ ਥਾ ਪਹਿਲੇ ਕੋਈ ਖਾਨਦਾਨ ਚ ਮੌਸੀਕੀ ਕਰਨਦਾ ਮੇਰੇ ਰਿਸ਼ਤੇਦਾਰ ਸੀ ਮੇਰਾ ਉਸਤਾਦ ਮੋਹਤਰਮ ਵੇ ਉਸਤਾਦ ਗੁਲਾਮ ਫਰੀਦ ਸਾਹਿਬ ਠੀਕ ਹੈ ਬਾਹੂ ਨੇ ਕੁੜੇ ਦੇ ਦੇ ਬਾਦ ਮੇਰੇ ਕੋ ਸ਼ੌਕ ਬੜੇ ਅਰਸੇ ਦਾ ਮਦਰਸੇ ਜਰਾ ਪੜਦਾ ਮੈਂ ਠੀਕ ਹੈ ਉਥਾ ਨਾਤਾ ਸ਼ਾਦਾ ਪੜਦਾ ਤੇ ਗਾਣੇ ਆਦਾ ਮਤਾ ਠੀਕ ਹੈ ਉਥੋਂ ਸ਼ੌਕ ਲੱਗੇ ਸੀ ਉਹਦੇ ਸ਼ੌਕ ਲੱਗੇ ਹੁਣ 2002 ਕੋਲ ਮਤਲਬ 15 ਸਾਲ ਠੀਕ ਹੈ ਤੁਹਾਨੂੰ ਜੀ ਜੀ ਕੋਈ ਪੱਟੀ ਕੈਸਟ ਕੋਈ ਐਲਬਮ ਸ਼ਲਬਮ ਕੁਛ ਆਇਆ ਮੈਦਾਨ ਲੋਕਲ ਕੰਪਨੀ ਤੋਂ ਆਇਆ ਲੋਕਲ ਕੰਪਨੀ ਤੋਂ ਆਇਆ ਜੀ ਜੀ ਕਰੇ ਨੇ ਹਾਲ ਵੀ ਲੈ ਇੱਕ ਸੱਜਣ ਟੈਲੀਫੋਨ ਲਾਈਨ ਦੇ ਉੱਤੇ ਆ ਗਿਆ ਅਸਲਾਮ ਅਲੈਕੁਮ ਇਹ ਸੱਜਣ ਦੀ ਕਾਲ ਕੱਟੀ ਗਈ ਸੱਜਣ ਨਿਕੜੇ ਜੇ ਬ੍ਰੇਕ ਤੇ ਜੁਲਦੇ ਪਏ ਤਾਰੀਖ ਖਿਦਮਤ ਜੀ ਵਾਲ ਸੀਨੇ ਹਾਜ਼ਰ ਜੀ ਸਜਣੋ ਬ੍ਰੇਕ ਦੇ ਬਾਅਦ ਤੁਹਾਡੀ ਖਿਦਮਤ ਵਿੱਚ ਹਾਜ਼ਰ ਸੀ ਗਏ ਸੀ ਅਸਾਂ ਆਪਣੇ ਪ੍ਰੋਗਰਾਮ ਦੇ ਵਿੱਚ ਜਿੱਥੇ ਸਰਾਇਕੀ ਸ਼ਾਇਰੀ ਆਉਂਦੀ ਹੈ ਉੱਥਾਂ ਗਜ਼ਲ ਵੀ ਪੇਸ਼ ਕਰ ਦਿੰਦੇ ਹਾਂ ਡੋੜਾ ਵੀ ਪੇਸ਼ ਕਰ ਦਿੰਦੇ ਹਾਂ ਨਜ਼ਮ ਵੀ ਪੇਸ਼ ਕਰ ਦਿੰਦੇ ਹਾਂ ਕੱਤਾ ਵੀ ਪੇਸ਼ ਕਰ ਦਿੰਦੇ ਹਾਂ ਭਲਾ ਅਦਬ ਦੇ ਜਿਹੜਾ ਸਰਾਇਕੀ ਅਦਬ ਜਾਂ ਬਣ ਕੇ ਹਨ ਜਿਵੇਂ ਢੋਲੇ ਛੱਲੇ ਮਾਹੀਏ ਮਤਲਬ ਬੁਝਾਰਤਾਂ ਵਿੱਚ ਆ ਵਜਣ ਸਿਆਣੀ ਨਾਲ ਗਾਲੀਆਂ ਆ ਵਜਣ ਸਰਾਇਕੀ ਦੇ ਸੋਹਣੇ ਸੋਹਣੇ ਕੋਈ ਕਈ ਸ਼ੇਰ ਵੀ ਆ ਪੈਂਦੇ ਹਨ ਇੱਕ ਸ਼ੇਰ ਇੱਕ ਸੱਜਣ ਲਿਖ ਪਠੇ ਕਿ ਹੁਣ ਨਿੱਕੇ ਬਾਲ ਵੀ ਪੁੱਛ ਗਿੰਦਨ ਹੁਣ ਨਿੱਕੇ ਬਾਲ ਵੀ ਪੁੱਛ ਗਿੰਦਨ ਤੇਰਾ ਯਾਰ ਹੁੰਦਾ ਹਾ ਕਿੰਤੇ ਗਏ ਵਾਹ ਵਾਹ ਹੁਣ ਨਿੱਕੇ ਬਾਲ ਵੀ ਪੁੱਛ ਗਿੰਦਨ ਤੇਰਾ ਯਾਰ ਹੁੰਦਾ ਹਾ ਕਿੰਤੇ ਗਏ ਇਹ ਇੱਕ ਸ਼ੇਰ ਹੈ ਸੋਹਣਾ ਜਿਹਾ ਤੁਹਾਡੇ ਨਾਵੇਂ ਕੀਤੋ ਸੀ ਔਰ ਕੁਝ ਸੱਜਣੇ ਜਾਂ ਆਫਲਾਈਨ ਕਾਲਾਂ ਵੀ ਉਹ ਵੀ ਪ੍ਰੋਗਰਾਮ ਦਾ ਹਿੱਸਾ ਬਣੇ ਸੀ ਜੁਮਾ ਖਾਂ ਗਬੋਲ حافظ عبدالرحمن گبول سی سجاد گبول عبدالرزاق گبول ارشاد خان گبول سی پہ گا تو پروگرام پسند کرنے سرور رستمانی بزدار خرم جان بزدار علی جان بزدار وستی مدرانی تو پروگرام دا حصہ بنے تے سجنوں او بل مہمان فنکار کولو سن دے پے سنن جا گاونا اور اون تو پہلے ایک سجن ٹیلی فون لائن دے تے اپڑ گیا انہاں دی کال گن گن نے السلام علیکم السلام علیکم وعلیکم السلام لالا جی کیا حال ہے ਬਿਲਕੁਲ ਠੀਕ ਠਾਕ ਸੀ ਆਪਣਾ ਨਾਂ ਦੱਸੇ ਸੋ ਇਲਾਕਾ ਦੱਸੇ ਸੋ ਜੀ ਸੀ ਕਿਆ ਹਾਲ ਹੈ ਲਾਲਾ ਅਲਤਾਫ ਖੈਰ ਖਰੀਅਤ ਹੈ ਠੀਕ ਹੀ ਖੁਸ਼ੀ ਵੇ ਅਲਹਮਦੁਲਿਲਾ ਇਹ ਤੇ ਮੈਂ ਤਾਂ ਆਖਾਂ ਕਿ ਤੁਹਾਨੂੰ ਮੁਬਾਰਕਾਂ ਹੋਣ ਕਿ ਤੁਹਾਡੀ ਕਾਲ ਮਿਲ ਗਈ ਹੈ ਜੀ ਸੁਣਾ ਸੀ ਸਾਡੇ ਬੁਲਾਇਆ ਨਹੀਂ ਗਿਆ ਹੁਣ ਅਕਤੂਬਰ ਦੇ ਮਹੀਨੇ ਤੋਂ ਨਵੰਬਰ ਲੱਗਾ ਖੜੇ ਅਸਲ ਵਿੱਚ ਵਿੱਚੋਂ ਰਾਜਨਪੁਰ ਦਾ ਜਿਹੜਾ ਟੂਰ ਖਿੱਚੇ ਸੀ ਨਾ ਅਸੀਂ ਵਸੇਬ ਰੀਤ ਉਹ ਪਾਸੇ ਕਰਕੇ ਆਏ ਵੈਸੇ ਤਾਂ ਵਸੇਬ ਰੀਤ ਪ੍ਰੋਗਰਾਮ ਇਹ ਹੈ ਕਿ ਬਈ ਅਸਾਂ ਸਰਾਇਕੀ ਵਸੋਂ ਦੇ ਜਿੰਨੇ ਵੀ ਮੇਲੇ ਹਨ ਮੁਸ਼ਾਇਰੇ ਹਨ ਜਿਹੜੇ ਵੀ ਸਕਾਫਤੀ ਰੰਗ ਹਨ ਸਾਡੇ ਉਹ ਅਸਾਂ ਦਿਖਾ ਲਓ ਉਹਦੇ ਇਲਾਵਾ ਅਸਾਂ ਮੁਖਤਲਿਫ ਸ਼ਹਿਰਾਂ ਦੇ ਵਿੱਚ ਜਿਹੜਾ ਵੇਹਦੇ ਹਾਂ ਉੱਥੋਂ ਉਹ ਇਲਾਕੇ ਦਾ ਤਾਰਫ ਦਿੰਦੇ ਹਾਂ ਉੱਥੋਂ ਦੀ ਤਾਰੀਖ ਦੱਸਦੇ ਹਾਂ ਅਤੇ ਉਹ ਸਾਰਾ ਕੁਝ ਇਹ ਹੁਣ ਇਹ ਪਿਛਲੇ ਦਿਹਾੜੇ ਵਾਲਾ ਸਾ ਵੰਜਣਾ ਪੈ ਗਿਆ ਜੀਪ ਰੈਲੀ ਆਈ ਜੀਪ ਰੈਲੀ ਦੇ ਉੱਤੇ ਇਹ ਦਫ਼ਾ ਸਾਰੇ ਅਸਾਂ ਤਾਂ ਨਹੀਂ ਸੇ ਵੰਜ ਸਕੇ ਜਬਕਿ ਸਾਨੂੰ ਵੰਜਣਾ ਚਾਹੀਦਾ ਹਾ ਜ਼ਰੂਰੀ ਹੈ ਜ਼ਰੂਰ ਆਸੋ ਸੀ ਜ਼ਰੂਰ ਚੱਕਰ ਲੈ ਸੋ ਸਾਡੇ ਇੰਤਜ਼ਾਮੀਆ ਦੇ ਵਸੇਬ ਟੈਲੀਵਿਜ਼ਨ ਦੇ ਇੰਤਜ਼ਾਮੀਆ ਦੇ ਲੋਕ ਵੀ ਪ੍ਰੋਗਰਾਮ ਉਹ ਦੇਦੇ ਬੈਠ ਜਾਂਦੇ ਅਤੇ ਇਨਸ਼ਾਅੱਲਾ ਬਹੁਤ ਜਲਦੀ ਆਸੂ ਤੁਹਾਡਾ ਇਲਾਕਾ ਵੀ ਜ਼ਰੂਰ ਲਿਖੇ ਸੋ ਸਹੀ ਔਰ ਅੱਲਾ ਕਰੇ ਸੀ ਕਿ ਤੁਹਾਡੇ ਇਲਾਕੇ ਦਾ ਮਸ਼ਹੂਰ ਮੇਲਾ ਥੀ ਸੀ ਜਿਹੜੇ ਵੇਲੇ ਊਂ ਟਾਈਮ ਆਵੇ ਸੂ ਅੱਜ ਨੋਤਕ ਦੇ ਵਿੱਚ ਡੇਰਾ ਗਾਜ਼ੀ ਖਾਨ ਜ਼ਿਲ੍ਹੇ ਦੇ ਵਿੱਚ ਨੋਤਕ ਦੇ ਵਿੱਚ ਇੱਕ ਸਾਲਾਨਾ ਬਹੁਤ ਵੱਡਾ ਮੇਲਾ ਥੀਂਦੇ ਉੱਥਾਂ ਥੀਏਟਰ ਵੀ ਮੌਜੂਦ ਹਨ ਲਾਲਾ ਨਿਜ਼ਾਮੀ ਵੀ ਉੱਥਾਂ ਹੀ ਹੈ ਸਾਰੇ ਮਾਰਕਾ ਊਂ ਸਾਈਡ ਦੇ ਉੱਤੇ ਹਨ ਇਵੇਂ ਜੰਜੂ ਸ਼ਰੀਫ ਦੇ ਵਿੱਚ ਮੁਸ਼ਾਇਰਾ ਮੈਂ ਇਕੱਲੇ ਦਾ ਇਕੱਲਾ ਮੇਰੇ ਕੋਲ ਵੰਜਣਾ ਪੈ ਗਿਆ ਟੀਮ ਬੁੱਤੂ ਗਏ ਹੈ ਉੱਥਾਂ
جی پریلی تے ای واسطے کوئی سے گئے کہ ٹیم ساری باندھی کوئی نہ آئی مختلف پروگرام دے تے گئے ہوئے ہن تے سجنوں میرا تے دل آدے کہ بھی میں تے کتھے بھی کوئی میلہ ہوئے کتھے بھی کوئی مشاعرہ ہوئے کتھے بھی کوئی سرائیکی دھرتی دی خدمت دا رنگ ہوئے اتھے ساکو اگر دفتر دے پاسوں اگر ساکو کیمرامین یا ٹیم سارے نال نہیں بھی بن سکتی کہ مجبوری دے تحت تے میں سر پوچھے نہ اتھا آپ اتھے ضرور ہی پہنچنا ہر صورت دے وچ کہ نہیں کہیں کو مونجھا بالکل نہیں سے کیتا تے میرا تے دل آدے کہ بھئی کوئی ایجھا رنگ ہوئے میں سارے نمہار دے چھے میں پھراٹی مار کے پورے سرے کی وسوں کو پھر کے شام کو وسیب رنگ دے ہوتے آبا ماں تے برحال انشاءاللہ اگر میں ایسا کوشش کرنے ہر علاقہ لکھنے ہیں ہر وسوں دے بچ بینے ہیں محبتہ مل دین اور انشاءاللہ جڑے بھی علاقے بچے چکے علاقے ہیں جنہیں تک اسا نہیں سے پہنچ سکے انشاءاللہ ضرور آسوں اور دنیا کو لکھے سوں سرائیکی وسوں دا ایک ایک انچ لکھے سوں انشاءاللہ او سجنوں سنتے پے مہمان فنکار کو سنن جا گیا ہونا کول دیتے اندے حق وچ روز دعا دینا جے کڈے دا بل جھول دیتے بے چین بگانے بال وگو جندے ہاتھ آیا ہوں رول دیتے سٹی دے نہیں اے گل دے ہار ہو دینے وے کملا یار تا بس یار ہو دینے سٹینے نہیں اے گل دے ہار ہو دینے وے کملا یار تا بس یار ہو دینے وے کملا یار تا بس یار ہو کملا یار تا وت یار ہون دے
سلیم توسوی سین دا لکھیا ہویا کلام سندے پیا سے سٹیندے نہیں اے گل دا ہار ہوندن وے کملا یار تاں وت یار ہوندن چھوٹے جے بریک تے جلدے پے تاری خدمت کال حاضر جی پیارے سجنوں بریک مکیوے کو اپڑی ہے اور اساں تاری خدمت وچ حاضر تھی گئے سے کچھ سجنے جا محبت ہیں خالد ایاز خان لنڈ صاحب عامر شاہ سی وجی الحسن سی صدیق احمد نیر سی احمد ذوالقر نین سی اسلام آباد تو پروگرام پسند کرندن اماں سین تے ابا حضور بھی ملے اسلام آباد وچ پروگرام لے دے بیٹھن تسلیم احمد خان ریان تسلیم سی راول پنڈی تو پروگرام دا حصہ بنن عبد الرشید ارشد سنگھ سلمان رشید ریحان رشید سنگھ اسلام آباد تو پروگرام پسند کرندن اور ای میل ایک سجن ٹیلی فون لائن دے تے بھی اپڑ گئے دے کون سارے نال السلام علیکم ای سجن دی کال کٹی گئی کچھ سیانی نہ گل ہی نت میں اپنی محفل دا حصہ بنیندا رہنا جنے کو سا دے اکھان اکھان ہوندی ہے حکمت دی کھان سیانے سچ گل کیتی ہے کہ جو جھٹ لنگھے چنگا ہے واہ واہ ہے جو جھٹ لنگھے واہ واہ ہے اور یہ بھی سیانے سچ گال کیتی ہے کہ سمر کہنی تو بوٹا بیکار ہے مطلب بے فیض آدمی کہیں کام دا نہیں کہیں کار مسئلے دا نہیں اور یہ بھی سیانے سچ گال کیتی ہے کہ بادشاہ دے ہاں بہو وڈے ہوندن ہاں اسا دل کو آدھے ہیں سرائکی دے وچ اور اباہل دے اگو ٹوئے ہوندن سیانے دی مثال ہے اباہل کم شیطان دا ہے کہیں بھی کام دے چ اباہل بالکل نہیں کرنی چاہی دی تے اور داتری کو ایک پاسے ڈندے ہوندن تے دنیا کو دوہے پاسے ڈندے ہیں اے وی سیانے دی مثال ہے اور بارہ کوہاں دے اوتے بولی دے وچ وٹاندرا تھی ویندے زبان وٹی جی ویندی ہے کوئی نہ کوئی لفظ دے وچ وٹاندرا آ ویندے اور ان دے نال نال اندھے کرن خرائے تے وال وال دیون اپنے کو اور اندھی تے اندھا رلیا ایکو جھگا گلیا ای میل ایک سجن ٹیلی فون لائن دے تے اپڑ گئے اساں انہاں ساتھ بسم اللہ اسلام علیکم وعلیکم السلام سنا سی اپنا نام دسے سو کیڑے علاقے چوں کال کیتی پیو سی لالا جی اے لالا ٹی وی والے پاسے گئے بی سجن دی کال گن گن اسلام علیکم السلام علیکم جی السلام علیکم سہی وعلیکم السلام کیا حال ہے سہی وعلیکم السلام سہی لالا جی ٹی وی والے پاسے نہ تکو میرے نال گال کرو موبائل تے گال کرو میرے نال مہربانی کرو لالا جی ٹی وی والے پاسے پالے ذہن دے باہر نکل آئے لالا جی لالا جی ہن اپنا نام دسو چا کتھو گال کرے نے پیو جی ڈی جی خان تو سہی نورنگ شاہ تو نورنگ شاہ تو اپنا سونا نام تے دسو چا سہی مجھے ہے پریشت سہی کیا حال ہے لالا مجاہد خیر خیریت ہے ٹھیک ہی بے تکڑے تازے نوکر سے صاحب دار اللہ سے دی زندگی رکھے لالا ترائے سال سے جن صاحب کو تیرا پروگرام دے کال ملینے ملینے آج مل گئے کال شکر دے الحمدللہ بھی روز بارے دیدار کرنے ہیں ٹی وی پہ واہ واہ تو سا ایک جاتے شیشہ گھندے کرے آوے دیرہ غازی خان ہے جا کے میرے اندر دفتر گزاری ہوئے آج شیشہ دفتر دے بیچ کیا شیشہ گھنٹے کرے ہوئے کو شاپ سینٹر پہ جے جے وہ والا رکشے تے لڈوایا ہو سی جے 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 آج آوے میرے دفتر ایک پچھا دیوا ہے اچھا اچھا واہ جی واہ کمال ہے اچھا نال کرے آوے انہوں نے کو شہری سوڑایا نو ایک دو واہ واہ صاحب وہ بہت سیکھ کئی کرے نو گال کرن بھی سہی وڈی مہربانی خوش قسمتی وے ترائے سال بعد کال ملائی وے اور ٹی وی کو بند کر کے سنل گال کیتی وے بد بد سجن او جن دی ٹی وی اندر چلدا ہوے ایسا تقریبا جی جا اچھی گل ہے نا سی تواری ساری گل بھی بہت چنگی تھی انہاں دوستاں سمجھ نہیں آندی جڑے کال بھی مل ویندی انہاں دی اور بلا ٹی وی والے پاسے توجہ کر ویندن ای واسطے انہاں دی ساری گل نہیں تھی ایویں ایک بھی سجن اپڑ گیا ٹیلی فون لائن تے السلام علیکم السلام علیکم وعلیکم السلام اساں بھی سعودی عرب تو گال تے کرنو بورے دے تو غزین تو جی ادا جی بسم اللہ جی جی سارا پروگرام چنگا ہے ماشاءاللہ سونا لگدا تے سب اچھا لگدا تے صحیح جان واہ واہ اساں بھی جان ہے سعودی عرب جو سن دے جو
ਵਾਹ ਵਾਹ ਢੇਰ ਢੇਰ ਮੁਹੱਬਤਾਂ ਹਨ ਅਤੇ ਅਵਤ ਸੁਣਦੇ ਪਏ ਹੈ ਮਹਿਮਾਨ ਫਨਕਾਰ ਕੋਲੋਂ ਸੋਹਣਾ ਜਿਹਾ ਗਾਉਣਾ ਤੁਹਾਡੇ ਨਾਂ ਕਰਦੇ ਪਏ ਇੱਥਾ ਕੋਈ ਕਹਿ ਨੀ ਸਾਡਾ ਸਾਕੁ ਜਾਣੀਆਂ ਨਾ ਟਿਕਾਵੀ ਇੱਥਾ ਕੋਈ ਕਹਿ ਨੀ ਸਾਡਾ ਸਾਕੁ ਜਾਣੀਆਂ ਨਾ ਟਿਕਾਵੀ ਸਾਰਾ ਜੱਗ ਨਾ ਖਿਲਾਵੀ ਸਾਰਾ ਜੱਗ ਨਾ ਖਿਲਾਵੀ ਸਾਡਾ ਪਿਆਰ ਨਾ ਭੁਲਾਵੀ ਇੱਥਾ ਕੋਈ ਕਹਿ ਨੀ ਸਾਡਾ ਸਾਕੁ ਜਾਣੀਆਂ ਨਾ ਭੁਲਾਵੀ ਇੱਥਾ ਕੋਈ ਕਹਿ ਨੀ ਸਾਡਾ ਸਾਕੁ ਜਾਣੀਆਂ ਨਾ ਟਿਕਾਵੀ ਸਾਰਾ ਜੱਗ ਨਾ ਖਿਲਾਵੀ ਸੁਣਾ ਜਿਹਾ ਗਾਉਣਾ ਇਹ ਕੈਫੀ ਰਸੂਲਪੁਰੀ ਸਾਹਿਬ ਦੀ ਕਿਤਾਬ ਆ ਗਈ ਫੁਹਾਰ ਇਹ ਮੈਂ ਉਹਨਾਂ ਦੀ ਗੁੰਡ ਖੁਲਾਈ ਕਿਤਾਬ ਦੀ ਕਰਦਾ ਪਿਆ ਕਿ ਕੈਫੀ ਰਸੂਲਪੁਰੀ ਸਾਹਿਬ ਦੀ ਕਿਤਾਬ ਹੈ ਫੁਹਾਰ ਬੜੀ ਜ਼ਬਰਦਸਤ ਕਿਸਮ ਦੀ ਕਿਤਾਬ ਹੈ
مارکیٹ دے وچوں گھنسو تے ضرور پڑھسو تو چاسا سی تے کو پلکیں پل وچ چا گدا ہے آپ کو ہن سٹ گھتی جے کیا کری جے سانپ تے رکھداں مگر توں چا ویندی نال دل کو نہ رکھی جے کیا کری جے کیفی رسول پوری صاحب دی کتاب منظر عام تھی گئی آ گئی فہار اور ایک سرائیکی ادب ادبی ایک رسالہ دیرا غازی خان تو جن وچ ٹوٹل سرائیکی ادب دے اوتے پورے رنگ ہیں یہ بھی اساں کہ تساں سجنے کڑا ساتھ چھڑو ویلا چھوٹے جے بریک دا ہے بریک دے بعد تاری خدمت اجوال تھینے حاضر سجنو بریک بھی مک گئی پروگرام دا ویلا بھی بالکل توڑ کو پھیڑا ہے اور کچھ سجنے جا محبت ہیں پروگرام میں شامل کرن دے پے حیدر خان چنگوانی سی اسگر امدانی ساجد خان بغلانی ملک ریاض ارائی سی بردال گسیم تو پروگرام پسند کرن دن لالا بلال کھلول سی مکہ پاک تو پروگرام دا حصہ بنن اور محمد خان بھٹا حسن عباس بھٹا مسرت عباس بھٹا جتوئی شہر تو حاجی کاظم سی سعودی عرب تو سائیں سجاد یوسف صاحب خوبصورت شہر حمزے والی تو خضر جام سے پروگرام کو پسند کریں دن اور اللہ ریتا کونسلر سے رنگ پور تو پروگرام دا حصہ بنن اور آج دی محفل دے فنکار سجاد سن سامل سے دا ابا تے امڑی تے پورا ولگن تے پورا کمبا تے پورا ٹبار ٹبری تے ایویں لے محفل دے چس تے بیٹھن امڑی ایویں ٹھر ٹھر ویندی پیو سی کہ بچڑا ٹی وی تو تے آیا بیٹھے واہ واہ تھی گئے چسا لگیا پن کمال ہے اور ایویں لے ایک سجن ٹیلی فون لائن دوتے بھی اپڑ گیا سو ست بسم اللہ السلام علیکم وعلیکم السلام اور میرا خیر ہے اللہ دا شکر ہے سنا سی اپنا نام دس سی میں داجل کو خلیم تا لینا محلہ ڈھانے دادا جی اور میرا خیر ہے اللہ دا شکر ہے بالکل ٹھیک سی جی او چس بیٹے تینوں میں اساں چس بیٹے بن تینوں سی کمال سارے پروگرام دی ہے سی صحیح بڑی مہربانی سی بہت شکریہ سارے نال گال کراؤ جائیں گا دان دی فرمائش کریں گے جی دساو سی کیرا گاونا سی آو نال گال کرو میں کو دسنا تسا دسو سی جلدی نال تواڈے سامنے او ہے پیا آ دے راں تسا لگے کہ پہلا ہوندا گانا وجری پہلی جی دے وچ بالیا وچ جڑا ہوں کو اچھا لگے ہوندی فرمائش ہو ٹھیک ہے ہوا فرمائش ٹھیک ہے میرا دل پر ٹھیک ہے وڈی مہربانی سجنو اج دی اس بجھارت پاتی ہے کہ درخان لاوے چپراں لوہار لاوے میخاں تو بوجھ تا میں دیکھاں ایندا جواب ہی بیڑی درخان لاوے چپراں لوہار لاوے میخاں تو بوجھ تا میں دیکھاں ایندا جواب بیڑی تھی گیا اور بالک میں نکڑا جا قصہ سنوائی ونجا وینے وینے قصہ کراں سات پٹھا مل بکرے کسائیں کو کٹھا چھپر تے چڑھ میہ وٹھا چھپر دے ہٹھ وانجا پین ترائے نہیں ڈو وائندیا نہیں ہک سکدی نہیں جیری سکدی نہیں اوندے وچوں نکل تھن ترائے کمبھار ڈو اندھیا نے ایک ڈسدی کشن آئی جے کو ڈسدی کشن آئی اون بنائن ترائے لوٹے ڈو کچیا نے ایک پکدانا جیرا پکدانا اوندے وچ سچن ترائے چاول ڈو کچیا نے ایک ردھدانا جیرا ردھدانا او کو بیٹھن ترائے جنے کھاون ڈو بکھیا نے ایک رجدانا جیڑا رجدانا او کو مارے نے ترائے کھلے ڈو چوک پین ایک لگدانا جیرا لگدانا او کو ویچے نے اوندے کی دنے ترائے روپئے ڈو کھوٹے ان ایک چلدانا ہائے ہائے جرا چلدانا اونجا کی جن ترائے منجھی ڈو کوراگ ان ایک ملدی نائی جری ملدی نائی اکبا کوک کھا گئے قصہ مک گئے وے تو سجڑو جی تھا قصہ بھی مکے اور پروگرام دا ویلا بھی بالکل توڑ کو پڑ گئے میں اج دی محفل دے میزبان فنکار سی سجاد حسین سامل سی دا تواری طرفوں اپنی طرفوں وسیب رنگ دی پوری ٹولی طرفوں ڈھیر ڈھیر دعائیں تے محبت دے نال شکریہ ادا کرے سا پردیسی سجنے دے نام ہے کتا کرندا پیا کہ تیرے خط خال دی دلدار قیمت کون بھر سکدے اکھی تے جا سمندر ہن سمندر کون تر سکدے ایڈو روزی اڈو رولے ایڈو چنتے اڈو چوڑے دسا اج کل زمانے وچ محبت کون کر سکدے سارا سنیڑا محبت دا سنیڑا ہے پیار دا سنیڑا ہے محبت ورتو پیار کو ورتو محبت پاؤ تو سجڑو میں ڈھیر ڈھیر دعائیں تو محبت نال شکریہ ادا کرنا لالا جی وسدے رہو آباد شاد رہو
ਸੋਹਣੀ ਮਹਿਫਿਲ ਕੀਤੀ ਹੋਵੇ, ਸੋਹਣਾ ਪ੍ਰੋਗਰਾਮ ਕੀਤੇ ਹੋਵੇ, ਸੱਜਣੇ ਪਸੰਦ ਕੀਤੇ। ਲਾਲਾ ਰਿਆਜ਼ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਜਿੰਦ ਮਾਣੋ, ਵਸਦੇ ਰਹੋ। ਔਰ ਢੋਲਕ ਦੇ ਉੱਤੇ ਵਾਜਦ ਅਲੀ ਲਾਲਾ, ਵਸਦੇ ਰਹੋ। ਔਰ ਖੰਜਰੀ ਦੇ ਉੱਤੇ ਜਾਮ ਰਾਂਝੂ, ਕਿਆ ਸਟਾਈਲ ਦੇ ਵਿੱਚ ਅੱਜ ਖੰਜਰੀ ਦੇ ਭਿਰਕਾਣਾ ਦਿੱਤਨ ਲਾਲਾ। ਇਵੇਂ ਕੈਮਰਾ ਆਉਂਦਾ ਪਿਆ ਜਰਾ, ਖੰਜਰੀ ਉਹ ਸਟਾਈਲ ਦੇ ਵਿੱਚ ਜਰਾ ਇਵੇਂ ਭਿਰਕਾ ਲਾਲਾ, ਇਵੇਂ ਢੋਲਕ ਥੋੜ੍ਹੀ ਜਿਹੀ ਵਜੇ ਸੋ ਉਹ ਵਾਹ 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 ਕਮਾਲ ਠੀਕ ਹੈ, ਚੱਸ ਆ ਗਈ ਹੈ। ਅਤੇ ਸੱਜਣੋ ਇਹਦੇ ਨਾਲ ਹੀ ਆਪਣੇ ਮੇਜ਼ਬਾਨ ਆਰਿਫ ਮਲਗਾਣੀ ਕੋ, ਵਸੇਬ ਰੰਗ ਦੀ ਪੂਰੀ ਟੋਲੀ ਦੇ ਨਾਲ ਢੇਰ ਢੇਰ ਦੁਆਈ ਅਤੇ ਢੇਰ ਢੇਰ ਮੁਹੱਬਤਾਂ ਦੇ ਨਾਲ। ਕੱਲ੍ਹ ਤੱਕ ਕਿਤੇ ਦੇਸੋ ਇਜਾਜ਼ਤ, ਕੱਲ੍ਹ ਇਨਸ਼ਾਅੱਲਾ ਅਲੀਪੁਰ ਦੀ ਧਰਤੀ ਦੇ ਖੂਬਸੂਰਤ ਫਨਕਾਰ ਮੁਨੀਰ ਮਾਹੀ ਦੇ ਨਾਲ, ਹਾਏ ਹਾਏ ਮਿੱਠੜੇ ਮਾਹੀ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਇਸੋ ਹਾਜ਼ਰ। ਇਨਸ਼ਾਅੱਲਾ ਜਿੱਤ ਵਸੋ, ਖੁਸ਼ ਵਸੋ, ਆਪਣਾ ਰੱਖੇ ਸੋ ਖਿਆਲ, ਆਪਣੀ ਸੋਹਣੀ ਧਰਤੀ ਪਾਕਿਸਤਾਨ ਦੀ ਤਰੱਕੀ ਅਤੇ ਅਮਨ ਸੰਗੇ ਦੁਆ। ਵਹਿੰਦੇ ਵਹਿੰਦੇ ਇੱਕ ਸੋਹਣਾ ਜਿਹਾ ਕਲਾਮ ਤੁਹਾਡੇ ਨਾਵੇਂ ਕਰਿੰਦਾ ਵਜਾਂ ਕਿ ਨਮਾਜ਼ ਇਸ਼ਕ ਪੰਜ ਵਕਤੀ ਅਦਾ ਕੀਤੀ ਕਰੋ ਯਾਰੋ, ਵਫਾ ਪਹਿਲਾ ਫਰੀਜ਼ਾ ਹੈ, ਵਫਾ ਕੀਤੀ ਕਰੋ ਯਾਰੋ। ਔਰ ਕਿਸੇ ਦੀ ਲਾਸ਼ 'ਤੇ ਬੰਨ ਕੇ ਹੰਝੂ ਵਾਸਨ ਜਾਂ ਨਾ ਵਾਸਨ, ਅੱਖੀਂ ਦੇ ਨਾਲ ਵੀ ਪਹਿਲੂ ਸਲਾਹ ਕੀਤੀ ਕਰੋ ਯਾਰੋ। ਔਰ ਹਿੱਕੇ ਹੀ ਵਾਰ ਮਿਲਦੇ ਹਨ ਏਡੂ ਦੀ ਜ਼ਿੰਦਗਾਨੀ ਦੇ, ਨਾ ਕਹੀਂ ਦੀ ਜਾਣ ਕੇ ਜ਼ਿੰਦਗੀ ਤਬਾਹ ਕੀਤੀ ਕਰੋ ਯਾਰੋ। ਪੁੱਛੇ ਕੋਈ ਜੋ ਦਿਲ ਦੇਸੋ, ਪੁੱਛੇ ਕੋਈ ਜੋ ਦਿਲ ਦੇਸੋ, ਬਲਾਵਲ ਸੋਚਣਾ ਕਿਆ ਹੈ, ਯਾ ਹਾ ਕੀਤੀ ਕਰੋ ਯਾਰੋ, ਜਾਂ ਨਾ ਕੀਤੀ ਕਰੋ ਯਾਰੋ। ਵਸਦੇ ਰਹੋ, ਆਬਾਦ ਅਤੇ ਸ਼ਾਦ ਰਹੋ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਧਰਤੀ ਦੇ ਉੱਤੇ ਜਿਹੜਾ ਅੱਜ ਕੱਲ੍ਹ ਸਾਗ ਹੈ, ਬਾਜਰੀ ਦੇ ਢੋਡੇ, ਸੱਚੀ ਮਾਖੀ, ਵਨ ਪਵਨ ਰੰਗ ਜਿਹੜੇ ਧਰਤੀ 'ਤੇ ਦੇਖ ਕੇ ਆਇਆ, ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਪਰੇਤੀ ਰੰਗ ਦੇ ਵਿੱਚ ਹਾਲ ਵਿਲਾ ਕਰੇ ਸੋ ਇਨਸ਼ਾਅੱਲਾ। ਜ਼ਿੰਦਗੀ ਕੀਤੀ ਵਫਾ ਥੀ ਸਨ ਮੁਲਾਕਾਤਾਂ ਤੁਹਾ ਕੋ, ਅਲਾ ਸੋਹਣੇ ਦੀ ਅਮਾਨ ਛੇ ਘੱਟ ਤੇ ਸੁਣ ਸੋ ਤੁਸਾਂ ਗਾਉਣਾ ਸਜਾਦ ਹੁਸਨ ਸਾਵਲ ਸਿੰਘ ਕੋਲੋ, ਰਲ ਕੇ ਨਾਰੇ ਦਾ ਜਵਾਬ ਦੇ ਸੋ, ਪਾਕਿਸਤਾਨ ਜ਼ਿੰਦਾਬਾਦ। ਟੁਰ ਵਣੇ ਤੇ ਵੱਲ ਨਹੀਂ ਆਵਣਾ ਤੁਸਾਂ ਸਾਰਾ ਸਾਡਾ ਤੱਕਦਿਆ।